सुनो एक मिनट अपनी ड्यूटी है कट्ठे रहना जो उथे डांगा पईयां ने ना उदो डांगा चार बंदे ने तां पईयां ने क्योंकि 40 पिछे हट गए सी सिर्फ मेरे मेरे अख ते वजी आ तुहानू तां दिखा रहा उरे खड़के कि मैं पिछे नहीं हटिया जो इतिहास लिखिया जाऊगा ना मेरा नाम ना पिछड़न वाले च होगा ठीक है हुण ओह उहनां दी हजे भी ड्यूटी उही है। हाँ जी दोस्तों सत श्री अकाल पंजाबी सिंगर सिद्धू मूसेवाला दिलजीत दोसांझ ते पंजाब दीआं दो तीन वड्डीआं अपडेट्स लैके तुहाडे सामने हाजिर होए हां। दोस्तों दिल्ली चलो ते किसान अंदोलन ने नवां रुख लै लिया है लोकां नूं पाड़ो ते राज करो ये राजनीति अपनाई जा रही है इकली इकली गल सच्चाई ते तथ ते आधारित समझाउण दी कोशिश करांगे। सब तो पहलां दोस्तों सिंगर सुख खरौड़ जो कि तीन सिंगर इकट्ठे गाउंदे हन कल इन्हां विचों सुख चंडीगढ़ कीते जा रहे रोस मार्च ते शांतमई धरने दा हिस्सा बणिया पर उत्थे पुलिस ने लाठीचार्ज कर दिता ते उस दी अख ते वी सट ਵਜੀ। ਇੱਕ ਸਿੰਗਰ ਨਾਲ ਇਦਾਂ ਹੋ ਰਿਹਾ ਤਾਂ ਆਮ ਆਦਮੀ ਨਾਲ ਕੀ ਹੁੰਦਾ ਹੋਊ ਜਦੋਂ ਇਹ ਸ਼ਾਂਤਮਈ ਅੰਦੋਲਨ ਸੀ ਫਿਰ ਪੁਲਿਸ ਨੇ ਲਾਠੀ ਚਾਰਜ ਕਿਉਂ ਕੀਤਾ ਤੇ ਵਾਟਰ ਕੈਨਨ ਕਿਉਂ ਚਲਾਈਆਂ ਇਹ ਸਵਾਲ ਦਾ ਜਵਾਬ ਤਾਂ ਸਰਕਾਰ ਤੋਂ ਪੁੱਛਣਾ ਬਣਦਾ ਹੈ ਪਰ ਪੁੱਛੇ ਕੌਣ ਨੈਸ਼ਨਲ ਮੀਡੀਆ ਜੋ ਕਿ ਪਹਿਲਾਂ ਹੀ ਕਾਰਪੋਰੇਟ ਨੇ ਖਰੀਦਿਆ ਹੋਇਆ ਹੈ ਜਾਂ ਲੀਡਰ ਜੋ ਕਿ ਵਿੱਚੋਂ ਆਪਸ ਵਿੱਚ ਰਲੇ ਹੋਏ ਨੇ ਕਿ ਹੁਣ ਅਸੀਂ ਚੰਡੀਗੜ੍ਹ ਹੋਏ ਲਾਠੀ ਚਾਰਜ ਤੋਂ ਬਾਅਦ ਕਹਿ ਸਕਦੇ ਹਾਂ ਕਿ ਸਾਡਾ ਦੇਸ਼ ਇੱਕ ਲੋਕਤੰਤਰ ਰਾਜ ਹੈ। ਜੇ ਸ਼ਾਂਤਮਈ ਪ੍ਰੋਟੈਸਟ ਚੱਲ ਰਿਹਾ ਸੀ ਤਾਂ ਚੰਡੀਗੜ੍ਹ ਦੀ ਪੁਲਿਸ ਜਿੱਥੇ ਬੀਜੇਪੀ ਦੀ ਸਰਕਾਰ ਹੈ ਉਹਨਾਂ ਨੇ ਲਾਠੀ ਚਾਰਜ ਕਿਉਂ ਕੀਤਾ ਵਾਟਰ ਕੈਨਨ ਕਿਉਂ ਚਲਾਈਆਂ ਇਹਨਾਂ ਸਭ ਗੱਲਾਂ ਦਾ ਜਵਾਬ ਉੱਥੇ ਪ੍ਰੋਟੈਸਟ ਕਰ ਰਹੇ ਲੋਕ ਪੁੱਛ ਰਹੇ ਹਨ ਇੱਥੋਂ ਤੱਕ ਕਿ ਕੁਝ ਲੋਕਾਂ ਦੀਆਂ ਪੱਗਾਂ ਤੱਕ। ਆਖਰ ਇਹਨਾਂ ਸਭ ਦਾ ਜ਼ਿੰਮੇਵਾਰ ਕੌਣ ਤੇ ਨੈਸ਼ਨਲ ਮੀਡੀਆ ਤੁਹਾਨੂੰ ਇਹ ਗੱਲਾਂ ਕਦੇ ਨਹੀਂ ਦਿਖਾਵੇਗਾ ਪਰ ਜੋ ਵੀ ਕੱਲ ਉੱਥੇ ਹੋਇਆ ਬਹੁਤ ਗਲਤ ਹੋਇਆ। ਤੇ ਦੋਸਤੋ ਪੰਜਾਬੀ ਸਿੰਗਰ ਆਪਣੇ ਕਿਸਾਨੀ ਗਾਣਿਆਂ ਨਾਲ ਸਿਰਫ ਨੌਜਵਾਨਾਂ 'ਚ ਜੋਸ਼ ਹੀ ਨਹੀਂ ਭਰ ਰਹੇ ਦਿੱਲੀ ਧਰਨੇ ਤੇ ਬੈਠੇ ਲੋਕਾਂ ਦੀ ਖੁਦ ਜਾ ਕੇ ਸੇਵਾ ਵੀ ਕਰ ਰਹੇ ਹਨ। ਤੇ ਦੋਸਤੋ ਅਮਰਿੰਦਰ ਗੱਲ ਬੇਸ਼ੱਕ ਉਹ ਦਿੱਲੀ ਧਰਨੇ ਵਿੱਚ ਸ਼ਾਮਲ ਨਹੀਂ ਹੋਇਆ ਪਰ ਸੋਸ਼ਲ ਮੀਡੀਆ ਤੇ ਉਹ ਪੂਰਾ ਐਕਟਿਵ ਹੈ ਤੇ ਲਗਾਤਾਰ ਕਿਸਾਨਾਂ ਦੀ ਸਪੋਰਟ ਕਰਦਾ ਰਹਿੰਦਾ ਹੈ। ਅਮਰਿੰਦਰ ਗੱਲ ਨੇ ਕਿਸਾਨਾਂ ਬਾਰੇ ਪੋਸਟ ਪਾ ਕੇ ਲਿਖਿਆ ਭੋਲੇ ਹੁੰਦੇ ਨੇ ਟਾਵੇਂ ਚਾਲਾਂ ਦਾ ਵੱਗ ਹੁੰਦਾ ਮਨ ਭਾਵੇਂ ਨਾ ਮਨ ਸਿੱਧਿਆਂ ਦਾ ਰੱਬ ਹੁੰਦਾ। ਤੇ ਦੋਸਤੋ ਪੰਜਾਬੀ ਸਿੰਗਰ ਬਾਲੀਵੁੱਡ ਵਾਲਿਆਂ ਤੋਂ ਬਹੁਤ ਵੱਡਾ ਸਵਾਲ ਪੁੱਛ ਰਹੇ ਹਨ ਤੇ ਸਿੰਗਰ ਇੱਕ ਕਲਿੱਪ ਸ਼ੇਅਰ ਕਰ ਰਹੇ ਹਨ ਜੋ ਕਿ ਬਾਲੀਵੁੱਡ ਵਾਲਿਆਂ ਲਈ ਹੈ। ਹੈਲੋ ਬਾਲੀਵੁੱਡ, ਸਤਿ ਸ੍ਰੀ ਅਕਾਲ, ਕਿੱਦਾਂ, ਕੀ ਹਾਲ ਚਾਲ? ਕਿਸਾਨਾਂ ਦਾ ਹੋਇਆ ਬੁਰਾ ਹਾਲ ਤੇ ਤੁਹਾਡੀ ਖਾਮੋਸ਼ੀ ਵੀ ਕਮਾਲ। ਤੁਸੀਂ ਕਰਕੇ ਬੈਠੇ ਆ ਸਾਥੋਂ ਓਲਾ ਵਿੱਚ ਕੰਗਣਾ ਨੂੰ ਪਾਇਆ ਵਿਚੋਲਾ। ਸਮਝ ਆ ਗਈ ਕਿ ਮੈਂ ਹਿੰਦੀ 'ਚ ਬੋਲਾਂ? ਸਾਨੂੰ ਹੁਣ ਡਰਪੋਕ ਗਿਰਜਾਂ ਦੀ ਨਹੀਂ ਲੋੜ, ਤੁਹਾਡੀ ਗਲਤ ਫਹਿਮੀ ਦੀ ਨਹੀਂ ਤੋੜ ਵੀ ਕਿਸਾਨ ਅਨਪੜ੍ਹ ਭੋਲੇ ਤੇ ਗੁਮਰਾਹ ਹੈ। ਇਹ ਨਾ ਭੁੱਲਿਓ ਇਹਨਾਂ ਦੇ ਬਾਹਰ ਬੈਠੇ ਪੁੱਤ ਧੀਆਂ ਅਜੇ ਜ਼ਿੰਦਾ ਹੈ। ਮੇਰੀ ਪੰਜਾਬੀ ਸ਼ਾਇਦ ਤੁਹਾਡੇ ਸਿਰ ਉੱਤੋਂ ਦੀ ਲੰਘ ਜਾਏ। ਦੋਸਤੋ ਇਸ ਕਲਿੱਪ ਵਿੱਚ ਪੰਜਾਬੀ ਸਿੰਗਰ ਤੇ ਐਕਟਰ ਬਾਲੀਵੁੱਡ ਵਾਲਿਆਂ ਨੂੰ ਇਹੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਹੁਣ ਪੰਜਾਬ ਨੂੰ ਤੁਹਾਡੀ ਬਹੁਤ ਲੋੜ ਹੈ, ਤੁਸੀਂ ਕਿੱਥੇ ਹੋ? ਪੰਜਾਬ ਵਿੱਚ ਸ਼ੂਟਿੰਗਾਂ ਕਰਕੇ, ਪੰਜਾਬ ਦੇ ਕਲਚਰ ਤੇ ਫਿਲਮਾਂ ਬਣਾ ਕੇ, ਪੰਜਾਬ ਵਿੱਚ ਪ੍ਰਮੋਸ਼ਨਾਂ ਕਰਕੇ, ਪਰ ਹੁਣ ਤੁਸੀਂ ਇਹਨਾਂ ਧਰਨਿਆਂ ਤੋਂ ਕਿਉਂ ਅਣਜਾਣ ਹੋ? ਕੈਨੇਡਾ ਦੇ ਪ੍ਰੈਜ਼ੀਡੈਂਟ ਨੂੰ ਪਤਾ ਲੱਗ ਗਿਆ ਵੀ ਪੰਜਾਬ ਦੇ ਕਿਸਾਨ ਧਰਨੇ ਤੇ ਬੈਠੇ ਨੇ, ਬਾਲੀਵੁੱਡ ਵਾਲਿਆਂ ਦੀ ਜ਼ਮੀਰ ਕਦੋਂ ਜਾਗੇਗੀ? ਹੁਣ ਇਹਨਾਂ ਦਾ ਚੁੱਪ ਰਹਿਣਾ ਹੀ ਦੱਸ ਰਿਹਾ ਹੈ ਕਿ ਲੱਗਦਾ ਇਹ ਲੋਕ ਵੀ ਸਰਕਾਰ ਵੱਲ ਨੇ, ਪਰ ਪੰਜਾਬੀ ਲੋਕਾਂ ਨੇ ਫੈਸਲਾ ਕਰ ਲਿਆ ਹੈ ਕਿ ਇਹ ਹੁਣ ਪੰਜਾਬ 'ਚ ਫਿਲਮਾਂ ਨਾ ਹੀ ਸ਼ੂਟ ਕਰਨ ਤਾਂ ਵਧੀਆ ਹੈ। ਵੈਸੇ ਬਾਲੀਵੁੱਡ ਵਾਲੇ ਕਿਹੜੇ ਮੂੰਹ ਨਾਲ ਹੁਣ ਆਉਣਗੇ ਪੰਜਾਬ? ਸਭ ਤੋਂ ਵੱਧ ਜਦੋਂ ਪੰਜਾਬ ਨੂੰ ਇਹਨਾਂ ਦੀ ਲੋੜ ਸੀ ਉਦੋਂ ਤਾਂ ਇਹਨਾਂ ਦੇ ਮੂੰਹ ਵਿੱਚ ਦਹੀਂ ਜੰਮਿਆ ਸੀ, ਪਰ ਕੋਈ ਗੱਲ ਨਹੀਂ, ਪੰਜਾਬ ਦੇ ਲੋਕ ਆਪਣਾ ਹੱਕ ਲੈ ਕੇ ਹੀ ਦਿੱਲੀ ਤੋਂ ਮੁੜਨਗੇ। ਤੇ ਦੋਸਤੋ ਹੁਣ ਤੁਹਾਨੂੰ ਇੱਥੇ ਅਸੀਂ ਮਿੱਕਾ ਸਿੰਘ ਦਾ ਟਵੀਟ ਦਿਖਾਉਣਾ ਚਾਹੁੰਦੇ ਹਾਂ ਜੋ ਕਿ ਵਾਰ-ਵਾਰ ਇੱਕੋ ਹੀ ਗੱਲ ਕਹਿ ਰਿਹਾ ਹੈ ਕਿ ਮੈਂ ਦੁਬਾਰਾ ਹੱਥ ਜੋੜ ਕੇ ਬੇਨਤੀ ਕਰਦਾ ਕਿਸਾਨ ਭਰਾਵਾਂ ਨੂੰ ਸ਼ਾਂਤੀ ਬਣਾ ਕੇ ਰੱਖਿਓ, ਤੁਹਾਨੂੰ ਕੋਈ ਜ਼ਰੂਰਤ ਨਹੀਂ ਕਿਸੇ ਨੂੰ ਅਪਸ਼ਬਦ ਬੋਲਣ ਦੀ, ਕਿਸੇ ਨਾਲ ਬਹਿਸਬਾਜ਼ੀ ਕਰਨ ਦੀ। ਕੁਝ ਕੁ ਜਾਣਬੁੱਝ ਕੇ ਸਾਡੇ ਲਈ ਮੁਸ਼ਕਲਾਂ ਖੜੀਆਂ ਕਰ ਰਹੇ ਹਨ ਤਾਂ ਜੋ ਬਾਕੀ ਲੋਕਾਂ ਨੂੰ ਗਲਤ ਮੈਸੇਜ ਆਵੇ, ਤੇ ਮੀਡੀਆ ਵਾਲਿਆਂ ਨੂੰ ਤਾਂ ਇੱਕ ਮੌਕਾ ਚਾਹੀਦਾ ਇਸ ਦਾ। ਸੋ ਕਿਸਾਨ ਭਰਾਵੋ, ਸ਼ਾਂਤਮਈ ਵਿਰੋਧ ਕਰਨਾ। ਤੇ ਦੋਸਤੋ ਮੌਂਟੀ ਪਨੇਸਰ ਜੋ ਕਿ ਪੰਜਾਬੀ ਇੰਗਲੈਂਡ ਦੀ ਕ੍ਰਿਕਟ ਟੀਮ ਦਾ ਖਿਡਾਰੀ ਹੈ, ਉਹ ਵੀ ਉੱਥੇ ਹੋ ਰਹੇ ਕਿਸਾਨੀ ਅੰਦੋਲਨ ਵਿੱਚ ਹਿੱਸਾ ਲੈ ਰਿਹਾ ਹੈ, ਪਰ ਇੰਡੀਆ ਦੇ ਕ੍ਰਿਕਟ ਖਿਡਾਰੀ ਜੋ ਮੌਜੂਦਾ ਨੇ ਕਿਸੇ ਇੱਕ ਨੇ ਵੀ ਕਿਸਾਨਾਂ ਬਾਰੇ ਪੋਸਟ ਨਹੀਂ ਪਾਈ। ਹਾਲਾਂਕਿ ਪੁਰਾਣੇ ਖਿਡਾਰੀ ਹਰਭਜਨ ਸਿੰਘ ਉਹ ਵੀ ਕਿਸਾਨਾਂ ਦੀ ਸਪੋਰਟ ਕਰ ਰਿਹਾ ਹੈ, ਪਰ ਹੋਰ ਕੋਈ ਇਸ ਬਾਰੇ ਨਹੀਂ ਬੋਲਿਆ। ਭੱਜੀ ਜੀ ਤਾਂ ਚਲੋ ਪੰਜਾਬ ਤੋਂ ਨੇ, ਪਰ ਬਾਕੀ ਕਿੱਥੇ ਨੇ? ਤੇ ਦੋਸਤੋ ਹੁਣ ਤੁਹਾਨੂੰ ਪਾਨੇ ਸਿੱਧੂ ਦਾ ਲਾਈਵ ਦਿਖਾਉਣਾ ਚਾਹੁੰਦੇ ਹਾਂ ਕਿ ਦਿੱਲੀ ਵਿੱਚ ਆਖਰ ਹੋ ਕੀ ਰਿਹਾ ਤੇ ਅੱਗੇ ਦੀ ਕਿਸਾਨ ਜਥੇਬੰਦੀਆਂ ਦੀ ਪਲੈਨਿੰਗ ਕੀ ਹੈ। ਜਿਹੜੀ ਚੀਜ਼ ਤੋਂ ਸਾਨੂੰ ਡਰ ਲੱਗਦਾ ਸੀ ਉਹ ਚੀਜ਼ ਹੋਣ ਲੱਗ ਗਈ, ਪਤਾ ਕਿਵੇਂ ਹੋਣ ਲੱਗ ਗਈ? ਹੁਣ ਰਾਤ ਕੇਂਦਰ ਸਰਕਾਰ ਨੇ ਕੀ ਕਰਿਆ, ਕੇਂਦਰ ਸਰਕਾਰ ਨੇ ਕੁਛ ਪ੍ਰਧਾਨਾਂ ਨੂੰ ਤਾਂ ਬੁਲਾ ਲਿਆ, ਕੁਛ ਨੂੰ ਬੁਲਾਇਆ, ਉਹਨਾਂ ਨੇ ਆਪੇ ਦੇ ਵਿੱਚ ਪਾੜਨਾ ਸ਼ੁਰੂ ਕਰਤਾ। ਇਹੋ ਜਿਹੇ ਫੁੱਦੂ ਆਪਣੇ ਵਾਲੇ ਨੇਗੇ ਜਿਨ੍ਹਾਂ ਨੂੰ ਹੁਣ ਨਹੀਂ ਬੁਲਾਇਆ, ਉਹਨਾਂ ਨੂੰ ਨਾਲ ਲੈ ਕੇ ਜਾਣਾ ਸੀ, ਇਹਦੇ ਵਿੱਚ ਇਕੱਠੇ ਜਾਵਾਂਗੇ, ਅਸੀਂ ਇਕੱਲੇ ਨਹੀਂ ਆਉਂਦੇ। ਹੁਣ ਉਹ ਬਾਗੇ ਤੇ ਦੂਜੇ ਗਏ ਸੀਗੇ। ਮੇਰੇ ਨੌਜਵਾਨ ਭਰਾਵਾਂ ਨੂੰ ਇੱਕ ਜ਼ਰੂਰ ਬੇਨਤੀ ਹੈ, ਜਿੰਨੇ ਵੀ ਜਾਣੇ ਤੁਸੀਂ ਮੈਨੂੰ ਇੱਥੇ ਟਰਾਲੀਆਂ 'ਚ ਬੈਠੇ ਜਾਂ ਮੇਰਾ ਸਨੈਪਚੈਟਾਂ ਦੇਖ ਦਿਓ, ਇਹਨਾਂ ਨੂੰ ਤੁਸੀਂ ਸਮਝਾਓ, ਇਹਨਾਂ ਨੂੰ ਕਹੋ ਮੈਂ ਹੁਣ ਤੁਸੀਂ ਕੀ ਕਰਿਆ, ਤੁਸੀਂ ਖਨੌਰੀ ਬਾਰਡਰ 'ਤੇ ਕਿਹਾ ਆਪਾਂ ਉੱਥੇ ਤੋੜਤਾ ਉਹ, ਜੇ ਮੈਂ ਕੁਛ ਬੋਲਦਾ ਮੇਰਾ ਬੋਲਿਆ ਤਾਂ ਉਹੀ ਇਹ ਵਿਵਾਦ ਬਣਾ ਲੈਂਦੇ, ਭਾਣਾ ਇਹ ਕਰਦਾ ਜੀ ਜੋ ਕਰਦਾ, ਮੇਰੇ ਤਾਂ ਬਾਹਲਾ ਸਾਰਾ ਹਜੂਮ ਹੀ ਮੇਰੇ ਪਿੱਛੇ ਪੈ ਜਾਂਦਾ। ਇਸ ਕਰਕੇ ਪਾਟੋ ਨਾ ਇਕੱਠੇ ਹੋ ਕੇ ਰਹੋ, ਕੇਂਦਰ ਸਰਕਾਰ ਪਾੜੀਆਂ ਦੀਆਂ ਨੌਜਵਾਨਾਂ 'ਚ ਤਾਂ ਕੁਰਬਾਨੀਆਂ ਦੇਣ ਲਈ ਤਿਆਰ ਹਾਂ, ਸਾਡੀ ਜਾਨ ਮੰਗ ਲਓ, ਜਿੱਥੇ ਕਹੋਗੇ ਅਸੀਂ ਤਿਆਰ ਹਾਂ, ਅਸੀਂ ਤੁਹਾਡੇ ਤੋਂ ਵੱਧ ਅਸੀਂ ਘੋੜਾਂ 'ਚ ਨਹੀਂ ਸਾਹ ਪਾਇਆ। ਇਹ ਤੁਸੀਂ ਸਮਝਾਓ, ਕੁਛ ਨਾ ਕੁਛ ਕਰੋ ਨੌਜਵਾਨ ਭਰਾਵੋ, ਮੈਂ ਬੋਲਦਾ ਮੇਰੇ ਤਾਂ ਗੱਲ ਹੀ ਹੋ ਰਿਹਾ, ਜੇ ਦੀਪ ਜੀ ਬੋਲਦਾ ਜਾਂ ਹੋਰ ਬੋਲਦੇ ਨੇਗੇ
ਸਾਡਾ ਚੜ ਕੇ ਆਏ ਨੇ ਹੁਣ ਇਹ ਜੀ ਪੈ ਕਰਦਾ ਜਾਂ ਹੋਰ ਦੋ ਤਿੰਨ ਜਾਣੇ ਬੰਦੇ ਸਾਡੇ ਤਾਂ ਸਰਕਾਰ ਨੇ ਲੋਕਾਂ ਨੂੰ ਪਾੜਨਾ ਸ਼ੁਰੂ ਕਰਤਾ ਇੱਥੇ ਧਰਮ ਦੀ ਰਾਜਨੀਤੀ ਲੋਕਾਂ ਨੂੰ ਪਾੜ ਕੇ ਰਾਜ ਕੀਤਾ ਜਾਂਦਾ ਇਵੇਂ ਜੇ ਕੋਈ ਲੀਡਰ ਕਰਦੇ ਨੇ ਜੇ ਹੁਣ ਮੇਰੇ ਵਰਗੇ ਨੌਜਵਾਨ ਬੋਲਦੇ ਨੇ ਗਾਹਕ ਆਉਂਦੇ ਨੇ ਇਹ ਜੀ ਲੀਡਰ ਬਣਨ ਦੇ ਬਾਰੇ ਕਹਿੰਦੇ ਨੇ ਨੇਤਾ ਬਣਨ ਦੇ ਬਾਰੇ ਕਹਿੰਦੇ ਹਰ ਇੱਕ ਚੁੱਪ ਕਰਕੇ ਬੈਠ ਜਾਈਦਾ ਸਟੇਜਾਂ ਨੂੰ ਬੋਲ ਦਿੰਦੇ ਨੇ ਆਪਣੇ ਖਿਲਾਫ਼ ਇਹ ਬੋਲ ਦਿੰਦੇ ਨੇ ਅਸੀਂ ਤਾਂ ਆਰਾਮ ਨਾਲ ਲੋਕਾਂ ਦੀ ਸੇਵਾ ਕਰਨੀ ਹੈ ਯਾਰ ਆਪਦੀ ਡਿਊਟੀ ਦੇ ਵਿੱਚ ਖੜੇ ਹਾਂ ਪਤਾ ਇਸ ਗੱਲ ਨੂੰ ਲੋਕਾਂ ਦੇ ਸਾਹਮਣੇ ਕਹਿਤਾ ਵੀ ਅਸੀਂ ਤਾਂ ਕੰਮ ਜਿੰਨਾ ਸਾਡੇ ਤੋਂ ਮਰਜ਼ੀ ਲੈ ਲਓ ਪਰ ਤੁਸੀਂ ਸਾਡੇ ਲਈ ਕੁਛ ਕਰਕੇ ਆ ਦਿਖਾਓ ਜੋ ਕਹੋਗੇ ਅਸੀਂ ਕਰਨ ਲਈ ਤਿਆਰ ਹਾਂ ਤੁਸੀਂ ਮੂਹਰੇ ਹੋ ਤੁਸੀਂ ਵੇਖੋ ਨਾ ਹੱਥ ਬੰਨ੍ਹ ਕੇ ਵਾਰ ਵਾਰ ਇਹੀ ਬੇਨਤੀ ਕਰ ਰਹੇ ਹਾਂ ਹੁਣ ਜਿਹੜੇ ਉੱਥੇ ਚੰਗੇ ਬੁਲਾ ਰਹੇ ਨੇ ਸਟੇਜਾਂ 'ਤੇ ਬੋਲਣ ਨਹੀਂ ਦਿੱਤਾ ਜਾਂਦਾ ਜਿਹਨਾਂ ਨੂੰ ਲੋਕ ਸੁਣਨਾ ਚਾਹੁੰਦੇ ਨੇ ਬੋਲਣ ਨਹੀਂ ਦਿੱਤਾ ਜਾਂਦਾ ਇਹ ਚੀਜ਼ਾਂ ਨੂੰ ਵੀ ਅਸੀਂ ਦਿਲ 'ਚ ਆਪਣੇ ਚੱਲ ਸਮਾ ਕੇ ਬਹਿ ਜਾਂਦਾ ਵੀ ਸਾਨੂੰ ਬੋਲਣ ਨਾਲ ਜਾਂ ਕੋਈ ਹੋਰ ਨਹੀਂ ਫਰਕ ਪੈਂਦਾ ਹੈ ਨਾ ਜਿਹੜੀਆਂ ਗੱਲਾਂ ਉੱਤੇ ਸਟੇਜਾਂ ਨੂੰ ਨਹੀਂ ਉਈ ਹੋਰ ਹੀ ਪਾਸੇ ਘੋੜਾ ਭਜਾਈ ਰੱਖਣਗੇ ਨਾ ਉਹ ਕਿਸੇ ਦਾ ਤੰਤ ਨਾ ਕਿਸੇ ਦਾ ਵਾਸਤਾ ਨਾ ਕਿਸੇ ਕੰਮ ਦੀ ਗੱਲ ਕੋਈ ਬੋਲੇ ਜੋਸ਼ ਵਾਲੀ ਗੱਲ ਬੋਲੇ ਲੋਕਾਂ ਨੂੰ ਜਿਹੜੀ ਸੁਣਨੀ ਪਸੰਦ ਆ ਉਹ ਗੱਲ ਬੋਲੇ ਹੋਰ ਹੀ ਉੱਤੇ ਜਿਵੇਂ ਕਿ ਮੰਨ ਕੇ ਚੱਲ ਪਾਠ ਕਰਦੇ ਮੇਰੀ ਸਭ ਤੋਂ ਪਹਿਲੀ ਬੇਨਤੀ ਇਹੀ ਆ ਵੀ ਇਕੱਠੀਆਂ ਜਿਹੜੇ 31 ਜਥੇਬੰਦੀਆਂ ਨੇ ਜਾਂ 30 ਜਥੇਬੰਦੀਆਂ ਨੇ ਇਕੱਠੀਆਂ ਜਾ ਕੇ ਮੀਟਿੰਗ ਕਰਨ ਅਲੱਗ-ਅਲੱਗ ਮੀਟਿੰਗ ਨਾ ਕਰਨ ਸੈਂਟਰ ਗਵਰਨਮੈਂਟ ਪਾੜੀ ਜਾਂਦੀ ਆ ਪਾੜ ਰੱਖੀਆਂ ਦਿਓ ਕਿਤੇ ਉਹ ਜਥੇਬੰਦੀ ਨੂੰ ਫੋਨ ਕਰ ਲੈ ਕਿਤੇ ਉਹਨੂੰ ਜਥੇਬੰਦੀ ਨੂੰ ਫੋਨ ਕਰ ਲੈ ਜੇ ਸਾਡੇ ਕਿਸੇ ਜਥੇਬੰਦੀ ਨੂੰ ਇੱਕ ਨੂੰ ਫੋਨ ਆ ਜਾਂਦਾ ਅਮਿਤ ਸ਼ਾਹ ਜੀ ਦਾ ਫੋਨ ਆਇਆ ਮੋਦੀ ਸਾਹਿਬ ਦਾ ਫੋਨ ਆਇਆ ਅਮਿਤ ਸ਼ਾਹ ਮੋਦੀ ਜੀ ਕੀ ਚੀਜ਼ ਨੇ ਯਾਰ ਇੱਕ ਜ਼ੀਰੋ ਲੈਵਲ ਦੇ ਬੰਦੇ ਨੇ ਕਿੱਡੇ ਕੀ ਇਕਾਤ ਆ ਮੋਦੀ ਦੀ ਕੀ ਇਕਾਤ ਆ ਮੋਦੀ ਇੱਕ ਬਿਜ਼ਨਸਮੈਨ ਬੰਦਿਆਂ ਨੇ ਬਣਾਇਆ ਹੋਇਆ ਬੰਦਾ ਇੱਕ ਮਲੰਗ ਬੰਦਾ ਉਹਨੂੰ ਚੱਕ ਕੇ ਕੁਰਸੀ 'ਤੇ ਬਿਠਾਉਂਦਾ ਬਿਜ਼ਨਸਮੈਨ ਬੰਦੇ ਨੂੰ ਉਹ ਮੋਦੀ ਆ ਉਹੀ ਮੋਦੀ ਮੋਦੀ ਤਾਂ ਕਰਕੇ ਹਫਲੇ ਨਾ ਪਿਆ ਕਰੋ ਕੋਈ ਵੱਡਾ ਨਹੀਂ ਇੱਥੇ ਕੋਈ ਛੋਟਾ ਨਹੀਂ ਸਾਰੇ ਬੰਦੇ ਇੱਕ ਪ੍ਰਕਾਰ ਦੇ ਨੇ ਹਰ ਇੱਕ ਨੂੰ ਇਹਨਾਂ ਨੂੰ ਕਿਸੇ ਨੂੰ ਲੀਡਰ ਨੂੰ ਸਾਨੂੰ ਸੈਂਟਰ ਗੌਰਮੈਂਟ ਦਾ ਫੋਨ ਆਇਆ ਸਾਨੂੰ ਅਮਿਤ ਸ਼ਾਹ ਦਾ ਫੋਨ ਆਇਆ ਅਮਿਤ ਮੁਤ ਸ਼ਾਹ ਵਰਗੇ ਆਪਣੇ ਪੰਜਾਬ ਅੱਗੇ ਕੀ ਚੀਜ਼ ਨੇ ਤੁਸੀਂ ਇਹ ਚੀਜ਼ ਨੂੰ ਭੁੱਲ ਜਾਂਦੇ ਵੀ ਅਸੀਂ ਕਿਹੜੇ ਚੀਜ਼ਾਂ ਦੇ ਵਾਰਸ ਹਾਂ ਅਸੀਂ ਪੰਜਾਬ ਦੇ ਵਾਰਸ ਹਾਂ ਸਿੱਖ ਕੌਮ ਦੇ ਵਾਰਸ ਹਾਂ ਅਸੀਂ ਇਹੀ ਦਿੱਲੀ ਅਸੀਂ ਜਾਂ ਅਸੀਂ ਪੂਰਾ ਇੰਡੀਆ ਨੂੰ ਵਸਾਉਣ ਵਾਲੇ ਅਸੀਂ ਲੋਕ ਹਾਂ ਸਾਡੇ ਲੋਕ ਕਰਜ਼ਈ ਨੇ ਸਾਡਾ ਲੋਕ ਅੱਜ ਤੱਕ ਕਰਜ਼ਾ ਨਹੀਂ ਉਤਾਰ ਸਕੇ ਦਿੱਲੀ ਵਾਲੇ ਜਾਂ ਮੋਦੀ ਜਾਂ ਜਿਹੜਾ ਸਾਰਿਆਂ ਦੀ ਗੱਲ ਕਰ ਲਈਏ ਇਹ ਗੱਲਾਂ ਨੇਗੀਆਂ ਮੇਰੀ ਸਾਰੇ ਹੀ ਭਰਾਵਾਂ ਨੂੰ ਹੱਥ ਮੰਨ ਕੇ ਬੇਨਤੀ ਜੋ ਕਿ ਵੱਖ ਵੱਖ ਥਾਵਾਂ 'ਤੇ ਮੈਨੂੰ ਦੇਖ ਰਹੇ ਨੇ ਸਾਰੇ ਪ੍ਰਧਾਨ ਸਾਹਿਬਾਨਾਂ ਨੂੰ ਇੱਕੋ ਹੀ ਬੇਨਤੀ ਕਰੋ ਵੀ ਇਕੱਲੇ ਨੇ ਨਹੀਂ ਮੀਟਿੰਗ ਕਰਨ ਜਾਣਾ ਜੇ ਤੁਸੀਂ ਇਕੱਲਾ ਜਿਵੇਂ ਮੀਟਿੰਗ ਜਿਵੇਂ 10 ਜਣੇ ਮੀਟਿੰਗ ਕਰਨ ਵਗੇ ਜਿਵੇਂ 30 ਜਥੇਬੰਦੀਆਂ ਨੇ ਉਹ 'ਚ 10 ਜਥੇਬੰਦੀਆਂ ਮੀਟਿੰਗ ਕਰਨ ਵਗ ਗਈਆਂ ਅਤੇ 20 ਗਈਆਂ ਨੇਗੀਆਂ ਤਾਂ ਫਿਰ ਜਿਹੜੀਆਂ 20 ਗਈਆਂ ਨੇਗੀਆਂ ਤਾਂ ਉਹ ਤਾਂ ਫਿਰ ਤੁਹਾਨੂੰ ਪਾੜ ਲਿਆ ਨਾ ਜੇ ਕੋਈ ਆਪਣੇ ਆਪ ਨੂੰ ਇਹ ਸਮਝੇ ਵੀ ਮੇਰੇ ਕੋਲ ਮੇਰੇ ਪਿੱਛੇ ਟਰੈਕਟਰ ਟਰਾਲੀਆਂ ਵੱਧ ਨੇ ਗਿਆ ਮੈਂ ਇਕੱਲਾ ਮੀਟਿੰਗ ਕਰਨ ਜਾਣਾ ਉਹ ਵੀ ਗੱਲ ਗਲਤ ਆ ਕਿਸੇ 'ਚ ਵੱਧ ਨਹੀਂ ਕਿਸੇ 'ਚ ਘੱਟ ਨਹੀਂ ਇੱਥੇ ਸਭ ਤੋਂ ਵੱਡੀ ਤੁਹਾਨੂੰ ਮੈਂ ਗੱਲ ਦੱਸ ਦਿੰਦਾ ਲੋਕ ਆਪ ਮੁਹਾਰੇ ਚੱਲ ਕੇ ਆਏ ਹੋਏ ਨੇਗੇ ਬੇਸ਼ੱਕ ਅਸੀਂ ਤੁਹਾਨੂੰ ਸਭ ਨੂੰ ਪਤਾ ਤੁਹਾਡਾ ਭਰਾ ਸ਼ੁਰੂ ਤੋਂ ਮਿਹਨਤ ਕਰਦਾ ਤੁਰਿਆ ਆ ਰਿਹਾ ਮੈਂ ਇੱਕੋ ਹੀ ਗੱਲ ਬੋਲਦਾ ਹੁੰਦਾ ਸੀਗਾ ਰੈਲੀਆਂ ਦੇ ਵਿੱਚ ਜਿੱਥੇ ਵੀ ਅਸੀਂ ਰੈਲੀਆਂ ਕਰੇ ਵੀ ਅਸੀਂ ਇੱਕ ਲਹਿਰ ਪੈਦਾ ਕਰ ਰਹੇ ਹਾਂ ਲੋਕਾਂ ਨੂੰ ਜਗਾ ਰਹੇ ਹਾਂ ਬੋਲ ਬੋਲ ਕੇ ਇਹ ਲਹਿਰ ਪੈਦਾ ਕਰਕੇ ਦਿੱਲੀ ਦੇ ਵਿੱਚ ਲੈ ਕੇ ਜਾਣੀ ਹੈ ਮੈਂ ਇਹ ਗੱਲ ਅਕਸਰ ਪਹਿਲਾਂ ਬੋਲਦਾ ਹੁੰਦਾ ਸੀਗਾ ਉਹੀ ਕੰਮ ਇਹ ਹੋਇਆ ਹੁਣ ਅਤੇ ਦੋਸਤੋ ਜੇਕਰ ਤੁਸੀਂ ਵੀ ਆਪਣੀ ਵੀਡੀਓ ਜਾਂ ਨਿਊਜ਼ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਸਾਡੇ ਇੰਸਟਾਗ੍ਰਾਮ ਅਕਾਊਂਟ 'ਤੇ ਭੇਜ ਸਕਦੇ ਹੋ ਅਤੇ ਦੋਸਤੋ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ ਧੰਨਵਾਦ।